ਮੈਨੂੰ ਲਾਸ਼ ਵਹਾ। ਜਦੋਂ ਦੇ ਆਏ ਜੇ ਲਾਸ਼ ਵਹਾ ਲਾਸ਼ ਵਹਾ, ਪਰ ਜ਼ਿੰਦਗੀ ਕਦੀ ਲਾਸ਼ ਨਹੀਂ ਵੇਖੀ। ਨਹੀਂ ਉਹ ਮੂੰਹ ਕਿਉਂ ਨਹੀਂ ਵਹਾਂਦਾ, ਲਾਸ਼ ਤਕਾਫ ਤੇ ਬੈਠੀ ਏ। ਇੱਕ ਮੇਰੀ ਦਾ ਪਤਾ ਲਾਸ਼ ਕਿਸ਼ਤੇ ਚ ਨੁਹਾਣੀ ਏ। ਜੇ ਤੁਸੀਂ ਸਾਨੂੰ ਹੁਣ ਲਾਸ਼ ਨਾ ਨਾ ਵਹਾਈ ਤੇ ਅਸਾਂ ਤੁਹਾਨੂੰ ਹੀ ਫੜ ਕੇ ਨੁਹਾ ਦੇਣਾ ਤੇ ਤੈਨੂੰ ਹੀ ਦਫਨਾ ਦੇਣਾ। ਉਸਤਾਦ ਜੀ ਜਿਹੜਾ ਰਾਤੀ ਨਿਕਾਹ ਦੇ ਗਿਆ, ਮੈਂ ਤੇ ਫਿਰਨੀ ਦਾ ਬੁਰਾ ਬੋਲ ਹੀ ਕੁਛ ਵੀ ਨਹੀਂ ਛੱਡਿਆ। ਮਜ਼ਾ ਆ ਗਿਆ ਉਸਤਾਦ ਜੀ ਰਾਤੀ ਦੇ ਕਹਿੰਦਾ ਚੁੱਪ ਕਰ। ਕੀ ਹੋਇਆ ਸਾਹਿਬ ਜੀ? ਉਹ ਫੋਤਗੀ ਵਾਲਾ ਘਰ ਆ ਗਿਆ। ਅੱਛਾ ਆ ਗਿਆ ਜੀ। ਹਾਂ ਬਿਸਮਿਲ੍ਲਾ ਉਸਤਾਦ ਜੀ। ਨਾ ਤੇ ਲਿਆ ਕਰੋ। ਉਹ ਬਹਿ ਜੋ ਕਿ ਕਬਜ਼ ਹੋਈ। ਉਹ ਮੌਲੀ ਸਾਹਿਬ ਉਹ ਕਿਉਂ ਰੋਈ ਜਾ ਰਿਹਾ ਜੀ? ਕਿਤੇ ਨਾਸ਼ਤੇ ਚਲਵਾ ਤਾਂ ਨਹੀਂ ਘੱਟ ਗਿਆ, ਜਾਂ ਕਿਸੇ ਨੇ ਖਤਮ ਤੇ ਤੁਹਾਨੂੰ ਬੁਲਵਾ ਕੇ ਹਲਵੇ ਦੀ ਜਗ੍ਹਾ ਦਾਲ ਖਵਾਤੀ ਹੋਵੇ? ਤੂੰ ਤਾਂ ਚੁੱਪ ਕਰ ਜਾ, ਉਹ ਤੇਰੀ ਤਾਂ ਸਮਝ ਵੀ ਨਹੀਂ ਆ ਰਹੀ, ਰੋ ਰਿਹਾ ਕਿ ਹੱਸ ਰਿਹਾ? ਉਹ ਕਿਉਂ ਰੋਈ ਜਾ ਰਿਹਾ ਜੇ? ਕੌਣ ਮਰ ਗਿਆ? ਲਾ ਲਿਓ, ਤੁਸੀਂ ਆਪ ਤਾਂ ਸਾਨੂੰ ਫੋਨ ਕਰਕੇ ਬੁਲਾਇਆ ਕਿ ਤੁਹਾਡੀ ਫੋਤਗੀ ਹੋ ਗਈ ਹੈ, ਉਹ ਤੁਹਾਡਾ ਕੋਈ ਜੀ ਮਰ ਗਈ, ਅਸੀਂ ਤਾਂ ਕਰਕੇ ਤੇ ਆਏ। ਮੈਂ ਤੇ ਮਰਨ ਵਾਲੇ ਦੇ ਨਾਲ ਹੀ ਜਾਣਾ, ਮੈਨੂੰ ਮੂੰਹ ਖਾ ਲਿਓ। ਉਹ ਕਿਉਂ ਸਾਡਾ ਖਰਚਾ ਵਧਾਉਣ ਲੱਗੇ ਜੇ? ਉਹ 15,000 ਤੋਂ ਘੱਟ ਕਬਰ ਨਹੀਂ ਕੱਢ ਕੇ ਦਿੰਦੇ, ਉਹ 15,000 ਤੁਹਾਡਾ ਵੀ ਦੇਣਾ ਪੈਣਾ। ਹੈਲੋ ਭਾਏ ਨਾ, ਉਹ ਕਬਰਾਂ ਦੋ ਕਰ ਦਿਓ ਭਾਏ ਨਾ, ਬੰਦਾ ਦੁੱਖ ਵੀ ਨਾ ਸਾਂਝੇ ਕਰੇ, ਤੁਸੀਂ ਸੀਰੀਅਸ ਹੀ ਹੋ ਗਏ ਹੋ। ਤੁਸੀਂ ਤਾਂ ਇੰਜ ਰੋਈ ਜਾ ਰਹੇ ਹੋ ਜਿਵੇਂ ਤੁਹਾਡਾ ਜੀ ਫੌਤ ਹੋ ਗਿਆ ਕੋਈ। ਉਹ ਇੰਨਾ ਦੁੱਖ ਤਾਂ ਮੈਨੂੰ ਨਹੀਂ ਹੋਇਆ ਜਿੰਨਾ ਤੁਸੀਂ ਮਨਾਈ ਜਾ ਰਹੇ। ਮੂੰਹ ਦੇ ਦਹਾ, ਤੈਨੂੰ ਮੂੰਹ ਵਹਾ ਦਈਏ, ਤੂੰ ਸੁਹਾਗਰਾ ਤੇ ਹੈ, ਮੂੰਹ ਵਹਾ ਦਈਏ, ਤੁਸੀਂ ਘੁੰਡ ਚੁੱਕਣਾ। ਮੇਰਾ ਤੇ ਰੋ ਰੋ ਕੇ ਗਲਾ ਖੁਸ਼ਕ ਹੋ ਗਿਆ, ਇੱਕ ਕੋਕ ਹੀ ਮੰਗਾ ਦਿਓ। ਤੈਨੂੰ ਕੋਕ ਮੰਗਵਾ ਦਈਏ, ਤੂੰ ਕੋਕ ਸਟੂਡੀਓ ਗਾਣਾ ਗਾਣਾ ਹੈ। ਮੇਰਾ ਤੇ ਦਿੱਲੀ ਬੈਠੀ ਜਾ ਰਿਹਾ, ਇੱਕ ਬਿਰਿਆਨੀ ਵੀ ਮੰਗਵਾ ਦਿਓ ਹੈ। ਤੁਸੀਂ ਫੋਤਗੀ ਤੇ ਆਏ ਜੇ ਕਿ ਅੱਬੇ ਤੇ ਵਲੀਮੇ ਤੇ ਆਏ ਜੇ? ਕੋਕ ਮੰਗਵਾ ਲਿਓ, ਬਿਰਿਆਨੀ ਮੰਗਵਾ ਦਿਓ, ਚਲੋ ਦੁਆ ਕਰ ਲਓ। ਦੁਆ ਤੇ ਮਈਅਤ ਦਫਨਾ ਕੇ ਫਿਰ ਮੰਗੇ ਦੀ ਹੈ। ਉਹ ਕਿਹੜੀ ਮਈਅਤ ਮੌਲੀ ਸਾਹਿਬ? ਜਿਹੜਾ ਤੁਹਾਡਾ ਜੀ ਫੋਤ ਹੋਇਆ, ਹੋਰ ਕਿਹੜੀ ਮਈਅਤ? ਉਹ ਦੁਆ ਤੇ ਜਿਹੜੇ ਤੁਹਾਡੇ ਦਾਦਾ ਜੀ ਫੋਤ ਹੋਏ ਸੀ ਨਾ, ਮੈਂ ਉਹਨਾਂ ਵਾਸਤੇ ਮੰਗਵਾਉਣ ਲੱਗਾ ਸਾਂ। ਉਸਤਾਦ ਜੀ ਦੇ ਦਾਦਾ ਜੀ ਤੇ ਜ਼ਿੰਦਾ ਨੇ? ਉਹ ਜ਼ਿੰਦਾ ਨੇ ਤੇ ਫਿਰ ਕੀ ਹੋਇਆ? ਉਹ ਕਬਰ 'ਚ ਉਹਨਾਂ ਦੀਆਂ ਲੱਤਾਂ ਨੇ, ਮੰਗ ਲੈਣੇ ਦੁਆ। ਮੈਂ ਸਮਝ ਗਿਆ ਤੁਹਾਡੀ ਗੱਲ, ਕਿ ਤੁਸੀਂ ਦਾਦਾ ਜੀ ਦੀ ਸਿਹਤ ਤੇ ਤੰਦਰੁਸਤੀ ਵਾਸਤੇ ਦੁਆ ਕਰਾਉਣਾ ਚਾਹ ਰਹੇ ਹੋ, ਘਰ ਮੰਗ ਲੈਣੇ ਆ ਦੁਆ। ਉਹ ਸਿਹਤ ਤੰਦਰੁਸਤੀ ਵਾਲੀ ਨਹੀਂ, ਉਹ ਮੈਂ ਤਾਂ ਫੋਤਗੀ ਤੋਂ ਬਾਅਦ ਜਿਹੜੀ ਮੰਗੀ ਦੀ ਦੁਆ ਉਹਦੀ ਗੱਲ ਕਰ ਰਿਹਾ ਸਾਂ। ਉਹ ਮੈਂ ਵਜ਼ੂ ਕਰਕੇ ਆਇਆ ਤੇ ਵਜ਼ੂ ਟੁੱਟਣ ਤੋਂ ਪਹਿਲੇ ਪਹਿਲੇ ਮੈਂ ਦੁਆ ਮੰਗਣੀ ਜੇ, ਤੁਸੀਂ ਦਾਦਾ ਜੀ ਦਾ ਕੋਈ ਮਿੰਤਰਲਾ ਕਰ ਲਓ। ਆ ਤੁਸੀਂ ਪਾਗਲ ਤਾਂ ਨਹੀਂ ਹੋ ਗਏ? ਦਾਦਾ ਜੀ ਤੇ ਚੰਗੇ ਭਲੇ ਨੇ, ਤੁਸੀਂ ਵਜ਼ੂ ਫੇਰ ਕਰ ਲੈਣਾ। ਅਸੀਂ ਜਿਹੜੇ ਕੰਮ ਆਇਆ
ਪਹਿਲੇ ਉਹ ਕੰਮ ਤੇ ਕਰ ਲਓ, ਤੁਹਾਨੂੰ ਦਾਦਾ ਜੀ ਦੀ ਪਹਿਲੇ ਪੈ ਗਈ ਹੈ। ਵੇਖੋ ਤੁਸੀਂ ਆਏ ਹੋ, ਕੋਕ ਤੁਸੀਂ ਮੰਗਵਾਈਏ, ਬਿਰਿਆਨੀ ਤੁਸੀਂ ਮੰਗਵਾਈਏ, ਤੇ ਮੈਂ ਵੀ ਵਾਪਸੀ ਤੁਹਾਡੇ ਕੋਲ ਖਾਣੀ ਹੈ। ਆਹ ਵੱਡਿਆ ਸਿਆਣਿਆ, ਉਹ ਜਿਹੜੇ ਕੰਮ ਤੂੰ ਸਾਨੂੰ ਬੁਲਾਇਆ ਉਹ ਤੇ ਆਪਾਂ ਕੀਤਾ ਨਹੀਂ, ਔਰ ਬੋਤਲ ਤੂੰ ਪਿਆਈ ਨਹੀਂ, ਬਿਰਿਆਨੀ ਤੂੰ ਖਵਾਈ ਨਹੀਂ, ਤੇ ਵਾਪਸੀ ਤੇ ਤੈਨੂੰ ਪਹਿਲੇ ਹੀ ਪੈ ਗਈ ਹੈ। ਹਲੇ ਤਿਕਰ ਤੇ ਤੁਸੀਂ ਸਾਨੂੰ ਮਈਅਤ ਦਾ ਮੂੰਹ ਵੀ ਨਹੀਂ ਵਿਖਾਇਆ। ਇੱਥੇ ਕਾਕਾ ਹੋਇਆ ਤੁਹਾਨੂੰ ਮੂੰਹ ਵਿਖਾਵਾਂ? ਜਦੋਂ ਦੇ ਆਏ ਜੇ ਮੂੰਹ ਵਿਖਾਓ, ਮੂੰਹ ਵਿਖਾਓ ਲਾਈ ਜੇ। ਆ ਭਾਈ ਸਾਹਿਬ, ਔਰ ਸਾਨੂੰ ਮੂੰਹ ਦਿਖਾਓਗੇ ਤਾਂ ਸਾਨੂੰ ਪਤਾ ਚੱਲੇਗਾ ਨਾ ਕਿ ਕਿੰਨਾ ਕੁ ਸਾਇਬ ਹੈਗਾ ਮਈਅਤ ਦਾ, ਔਰ ਕਿੰਨਾ ਕੁ ਸਾਬਣ ਲੱਗਣਾ ਹੈ, ਕਿੰਨਾ ਕੁ ਸਰਫ ਲੱਗਣਾ, ਗੁਸਲ ਵੀ ਤੇ ਅਸੀਂ ਦੇਣਾ ਹੈ ਨਾ। ਓਏ ਮਈਅਤ ਇਹ ਰਕਸ਼ਾ ਥੋੜੀ ਹੈ ਜਿਹਨੂੰ ਤੁਸੀਂ ਸਰਫ ਨਾ ਨਵਾਉਣਾ। ਅਸੀਂ ਜਦੋਂ ਦੇ ਆਏ ਹਾਂ ਨਾ ਸਾਨੂੰ ਇਹਨਾਂ ਨੇ ਕੋਕ ਪਿਆਈ ਨਾ ਮਈਅਤ ਦਾ ਮੂੰਹ ਵਿਖਾਇਆ ਉਸਤਾਦ ਜੀ। ਉਹ ਵਿਖਾ ਦਿੰਦੇ ਹਾਂ ਵਿਖਾ ਦਿੰਦੇ ਹਾਂ, ਸਬਰ ਕਰੋ, ਉਹ ਮਈਅਤ ਨੇ ਕਿਹੜਾ ਦੌੜ ਜਾਣਾ। ਅਤੇ ਇੱਕ ਗੱਲ ਤੁਹਾਨੂੰ ਮੈਂ ਪਹਿਲੇ ਦੱਸ ਦਿਆਂ, ਮਈਅਤ ਨੂੰ ਇੰਜ ਨਵਾਉਣਾ ਹੈ ਕਿ ਮਈਅਤ ਗਿੱਲੀ ਨਾ ਹੋਵੇ। ਇਹ ਮਈਅਤ ਹੈ ਕਿ T20 ਦੀ ਪਿੱਚ ਹੈ ਜਿਹੜੀ ਗਿੱਲੀ ਕਿਤਿਆਂ ਖਰਾਬ ਹੋ ਜਾਏਗੀ। ਤੁਸੀਂ ਫਿਕਰ ਨਾ ਕਰੋ, ਅਸੀਂ ਮਈਅਤ ਦੇ ਉੱਤੇ ਛੋਪਰ ਚੜਾ ਕੇ ਨਵਾ ਲਾਂਗੇ, ਨਹੀਂ ਗਿੱਲੀ ਹੁੰਦੀ। ਅਤੇ ਦੂਸਰੀ ਸ਼ਰਤ ਇਹ ਆ ਕਿ ਮਈਅਤ ਨੂੰ ਨਵਾਉਣ ਲੱਗਿਆਂ ਵੇਖਣਾ ਨਹੀਂ। ਵੇਖਣਾ ਨਹੀਂ, ਅਸੀਂ ਆਉਂਦੇ ਹਾਂ। ਵੇਖਣ ਤੋਂ ਮਨਾ ਕਰ ਰਹੇ ਹੋ? ਇਹ ਮਈਅਤ ਫਰਾਉਣ ਦੀ ਮਈਅਤ ਹੈ। ਉਹ ਮਈਅਤ ਫਰਾਉਣ ਦੀ ਨਹੀਂ, ਲੇਕਿਨ ਮੈਂ ਮੰਮੀ ਨੂੰ ਮਹਿਫੂਜ਼ ਕਰਨਾ ਚਾਹ ਰਿਹਾ। ਮੰਮੀ ਜੀ ਫੋਤ ਹੋਏ ਨੇ ਤਾਂ ਪਹਿਲੇ ਦੱਸਣਾ ਸੀ, ਅਸੀਂ ਉਹਨਾਂ ਨੂੰ ਨਵਾਉਣ ਵਾਸਤੇ ਲੇਡੀ ਨਾਲ ਲੈ ਕੇ ਆਉਂਦੇ। ਉਹ ਮੰਮੀ ਨਹੀਂ ਮਰੇ, ਹਨੂਤ ਕੀਤੀ ਗਈ ਲਾਸ਼ ਨੂੰ ਮੰਮੀ ਕਹਿੰਦੇ ਨੇ। ਉਹ ਤੂੰ ਫਿਲਮ ਨਹੀਂ ਵੇਖੀ ਮੰਮੀ? ਉਹਦੇ ਵਿੱਚ ਫਰਾਉਣ ਦੀ ਮੰਮੀ ਯਾਨੀ ਫਰਾਉਣ ਦੀ ਲਾਸ਼ ਨੂੰ ਮਹਿਫੂਜ਼ ਕੀਤਾ ਗਿਆ। ਮੈਂ ਤੇ ਦੀ ਮੰਮੀ ਮੂਵੀ ਸਾਰੀ ਵੇਖੀ ਹੈ, ਲੇਕਿਨ ਫਰਾਉਣ ਦੀ ਮੰਮੀ ਮੈਨੂੰ ਕਿਧਰੇ ਨਹੀਂ ਨਜ਼ਰ ਆਈ। ਭਾਈ ਪਤਾ ਨਹੀਂ ਕਿੱਥੋਂ ਉੱਠ ਕੇ ਆ ਗਿਆ ਜੇ, ਉਹ ਤੁਹਾਨੂੰ ਮੰਮੀ ਦਾ ਵੀ ਨਹੀਂ ਪਤਾ? ਤੁਸੀਂ ਮੰਮੀ ਬਣਾਉਣੀ ਹੈ ਤੇ ਆਬਾ ਜੀ ਕੋਲੋਂ ਇਜਾਜ਼ਤ ਲਈ। ਉਹ ਮੈਂ ਉਹ ਮੰਮੀ ਨਹੀਂ ਬਣਾਉਣੀ ਜਿਹਦੇ ਬਾਰੇ ਘਰ ਵਾਲੇ ਕਹਿੰਦੇ ਨੇ। ਕਿਹੜੀ ਮੰਮੀ ਕੋਲ ਗਿਆਸ ਹੈ? ਉਹ ਮੈਂ ਲਾਸ਼ ਦੀ ਗੱਲ ਕਰ ਰਿਹਾ, ਲਾਸ਼ ਦੀ। ਕਿੱਥੇ ਕਿੱਥੇ ਲਾਸ਼? ਉਹ ਇੱਥੇ ਹੀ ਲਾਸ਼, ਇੱਥੇ ਹੀ ਲਾਸ਼। ਉਹਨੂੰ ਨਵਾਉਣ ਵਾਸਤੇ ਤੁਹਾਨੂੰ ਬੁਲਾਇਆ? ਮੈਨੂੰ ਲਾਸ਼ ਵਹਾ, ਮੈਨੂੰ ਕੋਕ ਪਿਲਾ, ਮੈਨੂੰ ਛਿੱਤਰ ਫੜਾ। ਤੂੰ ਮੂੰਹ ਕਿਉਂ ਨਹੀਂ ਦਿਖਾਉਂਦਾ? ਲਾਸ਼ ਪਰਦਾ ਕਰਦੀ ਆ ਯਾ, ਮੂੰਹ ਦਿਖਾਉਣ ਜੋਗੀ ਰਹਿ ਨਹੀਂ। ਤੁਸੀਂ ਲਾਸ਼ ਵੇਖਣ ਆਏ ਜਾਂ ਰਿਸ਼ਤਾ ਵੇਖਣ ਆਏ? ਜਦੋਂ ਦੇ ਆਏ ਜੇ ਲਾਸ਼ ਵਹਾ ਲਾਸ਼ ਵਹਾ, ਪਰ ਜ਼ਿੰਦਗੀ ਕਦੀ ਲਾਸ਼ ਨਹੀਂ ਵੇਖੀ? ਉਹ ਜਾ ਕੇ ਸ਼ੀਸ਼ਾ ਵੇਖ, ਡੁੱਬੀ ਲਾਸ਼ ਵਰਗਾ ਤੇਰਾ ਆਪਣਾ ਮੂੰਹ ਹੈ। ਉਸਤਾਦ ਜੀ, ਜਦੋਂ ਦੇ ਅਸੀਂ ਆਏ ਹਾਂ ਸਾਡੀ ਬਿਸਤੀ ਕਰੀ ਜਾਂਦਾ, ਅਸੀਂ ਇੱਧਰ ਲਾਸ਼ ਨਵਾਉਣ ਆਏ ਜਾਂ ਕਰਜ਼ਾ ਲੈਣ ਆਇਆ ਉਸਤਾਦ ਜੀ? ਆ ਭਾਈ ਸਾਹਿਬ, ਆ ਤੁਸੀਂ ਮਈਅਤ ਨਵਾਉਣੀ ਹੈ ਜਾਂ ਨਹੀਂ ਨਵਾਉਣੀ? ਸਾਡੀ ਫੀਸ ਤੇ ਉਹ ਅਸੀਂ ਜਾਈਏ। ਉਹ ਭਾਈ ਜਾਨ, ਅਸੀਂ ਅਗਲੀ ਫੌਜਗੀ ਦੀ ਵੀ ਜਾ ਕੇ ਰੋਣਾ, ਨਾ ਤੁਸੀਂ ਸਾਨੂੰ ਪੈਸੇ ਦੇ ਰਹੇ ਹੋ ਤੇ ਨਾ ਮਈਅਤ ਵਿਖਾ ਰਹੇ ਹੋ। ਉਹ ਤੁਸੀਂ ਐਡੇ ਕਾਲੇ ਹੋ, ਤੁਸੀਂ ਮਈਅਤ ਨਾਲ ਆਏ ਹੋ ਕਿ ਜੰਜ ਨਾਲ ਆਏ ਹੋ? ਆ ਤੁਸੀਂ ਮੂੰਹ ਕਿਉਂ ਨਹੀਂ ਵਹਾ ਰਹੇ? ਅਸੀਂ ਕਿਹੜਾ ਮੂੰਹ ਵਹਾਈ ਮੰਗ ਲੈਣੀ ਹੈ? ਤੁਸੀਂ ਹਲੇ ਮੇਰੇ ਉਸਤਾਦ ਜੀ ਨੂੰ ਜਾਣਦੇ ਨਹੀਂ, ਪਿਛਲੀ ਵਾਰੀ ਇਹਨਾਂ ਨੂੰ ਗੁੱਸਾ ਆਇਆ ਸੀ, ਇਹ ਜਨਾਜ਼ਾ ਪੜਾਉਣ ਗਏ ਸੀ ਤੇ ਈਦ ਦੀ ਨਮਾਜ਼ ਪੜਾ ਕੇ ਆ ਗਏ ਸੀ। ਉਹ ਮੂੰਹ ਕਿਉਂ ਨਹੀਂ ਵਹਾਉਂਦਾ? ਲਾਸ਼ ਤਕਾਫ ਤੇ ਬੈਠੀ ਹੈ। ਉਹ ਵਿਖਾ ਦਿੰਦੇ ਆ ਵਿਖਾ ਦਿੰਦੇ ਆ, ਫਟਾ ਲੈ ਕੇ ਆਏ ਜੀ ਜਿਹਨੇ ਤੇ ਲਾਸ਼ ਨਵਾਉਣੀ? ਆਹੋ ਲੈ ਕੇ ਆਇਆ, ਇਹ ਦਰਵਾਜ਼ੇ ਦੇ ਬਾਹਰ ਪਿਆ। ਆ ਸਾਬਣ, ਮੁਸ਼ਕ, ਬੋਰ ਤੇ ਬੇਰੀ ਦੇ ਪੱਤੇ ਮੰਗਵਾਏ ਨੇ ਜੀ? ਮੌਲਵੀ ਸਾਹਿਬ,
ਇਹ ਆ ਗਈ ਮੁਸ਼ਕਪੂਰ ਤੇ ਇਹ ਬੇਰੀ ਹੈ। ਇੱਕ ਬੇਰੀ ਦਾ ਪਤਾ ਲਾਸ਼ ਕਿਸ਼ਤੇ ਚ ਨਵਾਣੀ ਹੈ। ਉਹ ਮੌਲਵੀ ਸਾਹਿਬ ਇਹ ਕਾਫੀ ਨਹੀਂ ਮੇਰੀ, ਤੁਸੀਂ ਗੁਸਲ ਦੇਣਾ ਹੈ ਕਿ ਖਾਣੀ ਹੈ? ਉਹ ਲਾਸ਼ ਦਾ ਹੀ ਪਤਾ ਕਰ ਲਓ, ਉਹ ਦੁਬਾਰਾ ਤਾਂ ਨਹੀਂ ਫੋਤ ਹੋ ਗਈ? ਅਬ ਹਾਂ ਤੇ ਹੁਣ ਲਾਸ਼ ਕਿ ਦੁਬਾਰਾ ਇਹਨੇ ਹਾਰਟ ਅਟੈਕ ਹੋ ਜਾਏ ਉਹਨੂੰ। ਉਹ ਮੇਰੇ ਕੋਲ ਹੈ ਹੀ 200 ਸੀ, ਇਸ ਵਾਸਤੇ ਤੁਹਾਨੂੰ ਬੁਲਾ ਲਿਆ। ਉਹ ਮੇਰੇ ਕੋਲ ਜ਼ਿਆਦਾ ਪੈਸੇ ਹੁੰਦੇ ਤੇ ਮੈਂ ਕਿਸੇ ਚੰਗੇ ਜਿਹੇ ਮੌਲਵੀ ਨੂੰ ਬੁਲਾ ਲੈਂਦਾ। ਆ ਭਾਈ ਸਾਹਿਬ, ਜੇ ਤੁਸੀਂ ਸਾਨੂੰ ਹੁਣ ਲਾਸ਼ ਨਾ ਵਹਾਈ ਤੇ ਅਸਾਂ ਤੁਹਾਨੂੰ ਹੀ ਫੜ ਕੇ ਨਵਾ ਲੈਣਾ ਤੇ ਤੈਨੂੰ ਹੀ ਦਫਨਾ ਦੇਣਾ। ਆ ਭਾਈ ਇਹ ਲਾਸ਼ ਵੇਖ ਲਓ ਚੰਗੀ ਤਰ੍ਹਾਂ। ਇਹ ਲਾਸ਼ ਹੈ? ਓਏ ਇਹ ਲਾਸ਼ ਹੀ ਹੈ, ਹੋਰ ਹਵਾਈ ਜਹਾਜ਼ ਨੇ ਖੁਦਕੁਸ਼ੀ ਕੀਤੀ। ਇਹ ਲਾਸ਼ ਹੈ? ਲਾਸ਼ ਹੀ ਆ, ਲਾਸ਼ੇ ਜੀ ਹੈ। ਇਹ ਉਹੀ ਲਾਸ਼ ਹੈ ਜਿਹਦੀ ਮੰਮੀ ਬਣਾਉਣੀ ਸੀ। ਉਹ ਲੱਗਦਾ ਹੈ ਤੁਸੀਂ ਸਦਮਾ ਕੁਝ ਜ਼ਿਆਦਾ ਹੀ ਲੈ ਗਿਆ ਜੀ, ਇੰਝ ਲੱਗਦਾ ਜਿਵੇਂ ਮੇਰਾ ਨਹੀਂ ਕਿ ਤੁਹਾਡਾ ਜੀ ਫੋਤ ਹੋ ਗਿਆ। ਇਹ ਬੈਰੀ ਦੇ ਪੱਤੇ ਦੇ ਨਾਲ ਇਹ ਲਾਸ਼ ਨੂੰ ਆਉਣਾ ਸੀ। ਹਾਂ ਤੇ ਤੁਸੀਂ ਧਿਆਨ ਰੱਖਣਾ ਹੈ ਕਿ ਲਾਸ਼ ਗਿੱਲੀ ਨਾ ਹੋ ਜਾਵੇ। ਓਏ ਐ ਪਈ ਹੈ ਲਾਸ਼, ਸੋਰੀ ਵਟਾ ਲਾਸ਼ ਲਿਆਓ। ਉਹ ਫੜੇ ਯਾਰ ਲਾਸ਼ ਫੜ, ਤੁਹਾਡੀ ਲਾਈਨ ਬੋਲਦੇ ਰਿਐਕਸ਼ਨ ਨਹੀਂ ਨਾ ਦਿੱਤਾ ਵੀਰੇ ਅੱਗੇ। ਓਏ ਉਹ ਹੀ ਬਈ ਇੱਧਰ ਵੜ ਗਏ, ਕੋਈ ਗੱਲ ਨਹੀਂ ਸੀ ਸੀ ਉਹ ਹੀ ਮਈਅਤ ਯਾਰ ਪੀਤੀ ਗੰਦੀ ਲੈਣ ਨਹੀਂ। ਓਕੇ ਓਕੇ ਇਹ ਲੈਨ ਛੱਡ ਦਿਓ ਅੱਗੇ ਤੁਰ ਜਿਹੜਾ ਜਿਹੜਾ ਤੁਹਾਡਾ ਨਹੀਂ ਇਹ ਫਸ ਰਹੀ ਪਤਾ ਨਹੀਂ ਕਿਉਂ। ਉਹ ਕਿਹੜੀ ਮਈਅਤ ਮੌਲੀ ਸਾਹਿਬ ਜੀ ਤੋਂ ਫਸ ਰਹੇ ਜੀ ਤੋਂ ਜੀ ਕੱਢ ਦਿਓ ਜੀ ਕੱਢ ਉਹੀ ਮਈਅਤ ਹੈ ਜੀ ਬੋਲਣਾ ਇਹਨੂੰ ਯਾਦ ਹੋ ਗਈ ਮੈਂ ਦੀ ਮੰਮੀ ਪੂਰੀ ਮੂਵੀ ਵੇਖੀ ਹੈ ਅੰਮੀ ਜਾਨ ਅੰਮੀ ਆਊਟ ਸਰ ਮੈਂ ਡਿਲੀਵਰ ਹੋ ਜਾਣਾ ਨਹੀਂ ਆਊਟ ਇੱਥੇ ਲਾਸ਼ ਉਹਨੂੰ ਨਵਾਉਣ ਵਾਸਤੇ ਤੈਨੂੰ ਬੁਲਾਇਆ ਕਿ ਮੂੰਹ ਦਿਖਾਉਣ ਜੋਗੀ ਰਹੀ ਨਹੀਂ ਲਾਸ਼ ਪਰਦਾ ਕਰਦੀ ਮੈਂ ਮੂੰਹ ਦਿਖਾ ਜੋ ਕੋਈ ਨਹੀਂ ਕਰਦਾ।